ਭੀੜ ਭਰੀ ਬੱਸ ਵਿੱਚ ਮੈਨੂੰ ਤੇ ਮੇਰੀ ਪਤਨੀ ਨੂੰ ਖੜ ਕੇ ਸਫ਼ਰ ਕਰਨਾ ਪੈ ਰਿਹਾ ਸੀ। ਦੋ ਸਵਾਰੀਆਂ ਵਾਲੀ ਸੀਟ 'ਤੇ ਬੈਠੇ ਦੋ ਕਾਲਜੇਟ ਨੌਜਵਾਨਾਂ ਵਿੱਚੋਂ ਇੱਕ ਨੇ ਮੇਰੀ ਪਤਨੀ ਲਈ ਸੀਟ ਖਾਲੀ ਕਰਦਿਆਂ ਬੜੇ ਸਤਿਕਾਰ ਨਾਲ ਕਿਹਾ, ਆਂਟੀ ਜੀ ਤੁਸੀਂ ਇੱਥੇ ਬੈਠ ਜਾਓ। ਪਤਨੀ ਖਾਲੀ ਸੀਟ 'ਤੇ ਬੈਠ ਗਈ ਤਾਂ 2 ਮਿੰਟ ਬਾਅਦ ਦੂਜਾ ਨੌਜਵਾਨ ਵੀ ਆਪਣੀ ਸੀਟ ਤੋਂ ਉੱਠ ਖਲੋਤਾ ਅਤੇ ਮੈਨੂੰ ਸੀਟ 'ਤੇ ਬੈਠਣ ਲਈ ਇਸ਼ਾਰਾ ਕਰਦਿਆਂ ਬੜੀ ਨਿਮਰਤਾ ਪੂਰਵਕ ਬੋਲਿਆ, ਤੁਸੀਂ ਵੀ ਬੈਠ ਜਾਓ ਬਾਬਾ ਜੀ। ਭਾਵੇਂ ਮੈਂ ਉਮਰ ਦੇ 58ਵੇਂ ਵਰ੍ਹੇ ਵਿੱਚ ਪ੍ਰਵੇਸ਼ ਪਾ ਚੁੱਕਾ ਸੀ ਪਰ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਆਪਣੇ ਲਈ ਬਾਬਾ ਜੀ ਦਾ ਸੰਬੋਧਨ ਸੁਣਨਾ ਮਿਲਿਆ ਸੀਗਾ। ਆਪਣੇ ਲਈ ਇਹ ਸੰਬੋਧਨ ਸੁਣ ਕੇ ਮੈਨੂੰ ਇਸ ਗੱਲ ਦਾ ਇੱਕਦਮ ਤਿੱਬਰ ਅਹਿਸਾਸ ਹੋਇਆ ਕਿ ਮੈਂ ਹੁਣ ਬੁੱਢਾ ਹੋ ਗਿਆ ਅਤੇ ਮੇਰੇ ਸਿਰ ਦੇ ਵਾਲਾਂ 'ਤੇ ਕੀਤੀ ਡਾਈ ਵੀ ਮੇਰੀ ਉਮਰ ਨਹੀਂ ਛੁਪਾ ਸਕਦੀ। ਨੌਜਵਾਨ ਵੱਲੋਂ ਖਾਲੀ ਕੀਤੀ ਸੀਟ 'ਤੇ ਬੈਠਦਿਆਂ ਮੈਂ ਕੁਝ ਬੇਚੈਨੀ ਜਿਹੀ ਮਹਿਸੂਸ ਕਰ ਰਿਹਾ ਸੀ। ਮੈਂ ਚੋਰ ਅੱਖ ਨਾਲ ਆਪਣੀ ਪਤਨੀ ਵੱਲ ਵੇਖਿਆ। ਮੈਨੂੰ ਲੱਗਿਆ ਕਿ ਉਹ ਵੀ ਮੇਰੇ ਚਿਹਰੇ ਨੂੰ ਬੜੀ ਨੀਝ ਨਾਲ ਵੇਖ ਰਹੀ ਹੈ, ਜਿਵੇਂ ਮੈਂ ਪਲ ਵਿੱਚ ਹੀ ਬਹੁਤ ਬਦਲ ਗਿਆ ਹੋਵਾਂ। ਬੱਚੇ ਚੰਗੇ ਨੇ ਪਰ ਥੋੜ੍ਹਾ ਸ਼ਰਾਰਤੀ ਨੇ। ਮੈਂ ਆਪਣੀ ਪਤਨੀ ਨਾਲੋਂ ਵੀ ਵੱਧ ਆਪਣੇ ਆਪ ਨੂੰ ਹੌਸਲਾ ਦੇਣ ਲਈ ਹੌਲੀ ਜਿਹੀ ਕਿਹਾ। ਪਤਨੀ ਕੁਝ ਨਹੀਂ ਬੋਲੀ, ਬਸ ਮੇਰੇ ਵੱਲ ਇੱਕ ਟੱਕ ਵੇਖਦੀ ਰਹੀ। ਬੱਸ ਦੀ ਸੀਟ ਦੀ ਨਰਮ ਸਪੰਜ ਵੀ ਮੈਨੂੰ ਹੁਣ ਚੁੱਭਦੀ ਜਾਪਦੀ ਸੀ। ਅੰਕਲ ਥੋੜ੍ਹਾ ਪਾਸੇ ਹੋਣਾ। ਅਗਲੇ ਸਟਾਪ ਤੋਂ ਬੱਸ ਵਿੱਚ ਸਵਾਰ ਹੋਈ ਅੱਲੜ ਅਤੇ ਪਿਆਰੀ ਜਿਹੀ ਕੁੜੀ ਨੇ ਮੈਨੂੰ ਆਪਣੇ ਵਾਲੀ ਸੀਟ 'ਤੇ ਨਾਲ ਬਿਠਾਉਣ ਦੀ ਗੁਜ਼ਾਰਿਸ਼ ਕੀਤੀ। ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ, ਉਸਦੇ ਬੁੱਲਾਂ 'ਤੇ ਮਾਸੂਮ ਜਿਹੀ ਮੁਸਕਰਾਹਟ ਸੀ। ਹਾਂ ਹਾਂ ਕਿਉਂ ਨਹੀਂ, ਮੈਂ ਡਾਡੀ ਆਪਣਾ ਜਿਹੀ ਨਾਲ ਉਸ ਲਈ ਸੀਟ ਬਣਾਉਂਦਿਆਂ ਕਿਹਾ। ਅਤੇ ਹੁਣ ਮੈਂ ਆਪਣੀ ਪਤਨੀ ਵੱਲ ਇੱਕ ਜੇਤੂ ਦੀ ਨਜ਼ਰ ਨਾਲ ਝਾਤ ਮਾਰ ਰਿਹਾ ਸੀ। ਇਹ ਕਹਾਣੀ ਲਿਖੀ ਸੀ ਨਿਰੰਜਨ ਬੋਹਾ ਹੋਣਾ ਨੇ, ਮੈਂ ਯਾਨੀ ਸੁਖਰਾਜ ਗਾਖਲ ਨੇ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕੀਤੀ। ਉਮੀਦ ਕਰਦਾ ਤੁਹਾਨੂੰ ਇਹ ਕਹਾਣੀ ਕਾਫ਼ੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਦੇ ਲਈ ਸਾਡਾ ਕਾਫਿਲਾ ਡਿਜੀਟਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।